ਜਿਹੜੇ ਬੰਦੇ ਅੰਦਰ ਵੜ ਕੇ ਬੈਠੇ ਹੋ ਬਾਹਰ ਨਿਕਲ ਕੇ ਕੋਠੇ ਉੱਤੇ ਬਹਿ ਕੇ ਐਲਾਨ ਸੁਣੋ। ਜਿਹੜੇ ਕਾਬੇ ਚਿਕਦੇ ਹੋ ਉੱਕੇ ਨੂੰ ਬੰਦ ਕਰਕੇ ਐਲਾਨ ਸੁਣੋ। ਜਿਹੜੇ ਰੋਟੀ ਪੇ ਖਾਂਦੇ ਹੋ ਰੋਟੀ ਨੂੰ ਛੱਡ ਕੇ ਐਲਾਨ ਸੁਣੋ। ਜਿਹੜੇ ਬੰਦੇ ਕਿਸੇ ਟੈਲੀਫੋਨ ਜਾਂ ਕੁਝ ਪੇ ਸੁਣਦੇ ਹੋ ਫਿਲਹਾਲ ਬੰਦ ਕਰ ਦਿਓ। ਐਲਾਨ ਬੜਾ ਜ਼ਰੂਰੀ ਹੈ ਜਿਹੜਾ ਕਿ ਗੌਰਮੈਂਟ ਦੀ ਤਰਫੋਂ ਹੈ। ਸਭ ਤੋਂ ਪਹਿਲੇ ਤੇ ਐਲਾਨ ਹੈ, ਇਹ ਨੋਟਿਸ ਮੇਰੇ ਹੱਥ ਵਿੱਚ ਹੈ। ਜਿਹੜੇ ਬੰਦੇ ਨੂੰ ਤਕਲੀਫ ਹੈ ਨਾ ਜਾਂ ਜਿਹੜਾ ਬੰਦਾ ਚੀਨ ਗੋਲੀਆਂ ਕਰਦਾ ਹੈ ਉਹ ਇਸ ਐਲਾਨ ਨੂੰ ਸੁਣ ਲਿਆ। ਇਹ ਨੋਟਿਸ ਮੇਰੇ ਹੱਥ ਵਿੱਚ ਹੈ ਗੌਰਮੈਂਟ ਦੀ ਤਰਫੋਂ, ਕਾਰੀ ਸਾਹਿਬ ਕੋਲੇ ਵੀ ਹੈ ਤੇ ਹਰ ਮਸਜਿਦ ਵਿੱਚ ਪਹੁੰਚ ਚੁੱਕਾ ਹੈ ਇਹ ਨੋਟਿਸ। ਉਹਨਾਂ ਨੇ ਕਿਹਾ ਵਾ ਪੜ੍ਹ ਕੇ ਇੱਕ ਵਾਰੀ ਇਹਨਾਂ ਨੂੰ ਸੁਣਾ ਦਿਓ ਤਾਂ ਕਿ ਇਹਨਾਂ ਨੂੰ ਕੋਈ ਮੁਗਾਲਤਾ ਨਾ ਰਹਿ ਜਾਏ। ਕੋਈ ਵੀ ਬੰਦਾ ਜਿਹੜਾ ਉਹਨਾਂ ਨੂੰ ਵਰਨਣ ਦੇ ਨਾਲ ਮਤਲਬ ਕੀਤਾ ਜਾਂਦਾ ਹੈ ਕਿ ਘਰਾਂ ਦੇ ਸਾਹਮਣੇ ਆਪਣੀ ਗਲੀ ਮਹੱਲੇ ਦੇ ਵਿੱਚ ਕੂੜਾ ਕ੍ਰਿਕਟ ਨਾ ਸਿੱਟੇ। ਅਗਰ ਕਿਸੇ ਦੇ ਪੂਰੇ ਦੇ ਕੂੜਾ ਜਾਂ ਕ੍ਰਿਕਟ ਜਾਂ ਛਾਪਰ ਦਾ ਬੈਗ ਭਰਿਆ ਪਿਆ ਹੋਇਆ ਉਹਨੂੰ ਉਹਦੇ ਉੱਤੇ ਪਰਚਾ ਵੀ ਕੀਤਾ ਜਾਏਗਾ ਤੇ ਜੁਰਮਾਨਾ ਵੀ ਕੀਤਾ ਜਾਏਗਾ। ਦੂਜੀ ਗੱਲ ਹੈ, ਜਿਹਨਾਂ ਲੋਕਾਂ ਨੇ ਆਪਣੇ ਬੂਹੇ ਅੱਗੇ ਥੜੇ ਬਣਾਏ ਨੇ, ਆਪਣੀ ਜਗ੍ਹਾ ਉਹਨਾਂ ਛੱਡੀ ਕੋਈ ਨਹੀਂ, ਗਲੀ ਵਿੱਚ ਥੜੇ ਬਣਾਏ ਨੇ, ਉਹ ਦੋ ਦਿਨ ਦਾ ਤੁਹਾਡੇ ਕੋਲ ਟਾਈਮ ਹੈ, ਆਪਣੇ ਆਪਣੇ ਥੜੇ ਢਾ ਲਓ, ਵਰਨਾ ਗੌਰਮੈਂਟ ਤੁਹਾਨੂੰ ਜੁਰਮਾਨਾ ਵੀ ਕਰੇਗੀ ਤੇ ਥੜੇ ਵੀ ਪਾਏਗੀ ਤੇ ਤੁਹਾਨੂੰ ਸਜ਼ਾ ਵੀ ਲੱਭੇਗੀ। ਜਿਹੜੇ ਬੰਦੇ ਆ ਡੰਗਰ ਰਾਹ ਵਿੱਚ ਬੰਨਦੇ ਹੋ ਜਾਂ ਕਿਸੇ ਦੇ ਜਿਹੜੀਆਂ ਬੀਬੀਆਂ ਰੂੜਾ ਸੱਟਣ ਜਾਂਦੀਆਂ ਨੇ ਉਹਨਾਂ ਦੀਆਂ ਰੂੜੀਆਂ ਦਾ ਵੀ ਜੁਰਮਾਨਾ ਪੈਂਦਾ ਤੇ ਉਹਨਾਂ ਦੀਆਂ ਗਲੀਆਂ ਨੂੰ ਸਜ਼ਾ ਵੀ ਹੋਵੇਗੀ। ਉਹ ਬੀਬੀਆਂ ਵੀ ਫਜ਼ਰੀ ਫੜੀਆਂ ਜਾਣਗੀਆਂ। ਉਹਨਾਂ ਦੋ ਦਿਨ ਦਾ ਟਾਈਮ ਦਿੱਤਾ ਜੇ ਤੇ ਜਿੰਨਾ ਫਾਪੜੀਆਂ ਤੇ ਥਾਪੀਆਂ ਲਾਈਆਂ ਨੇ ਕੰਧਾਂ ਤੇ ਜਿਹੜੀਆਂ ਕਿ ਮਰਦ ਫਲਾਨੀਆਂ ਨੇ ਪਈਆਂ ਉਹ ਵੀ ਵੱਡੇ ਵੱਡੇ ਆਪਣੀਆਂ ਸਾਹਮਣੋ ਐਦਾਂ ਨਾ ਲਾਇਓ। ਜਿੰਨਾ ਬੰਦਿਆਂ ਨੇ ਵਹਿਣੀਆਂ ਦੇ ਉੱਤੇ ਵਹਿਣੀਆਂ ਬੰਦ ਕੀਤੀਆਂ ਨੇ ਜਾਂ ਰਾਹ ਵਿੱਚ ਗੱਡਰ ਬਣਾਏ ਨੇ ਜਾਂ ਨਜਾਇਜ਼ ਪਜਾਵਤ ਕੀਤੀ ਹੈ, ਇਹ ਗੌਰਮੈਂਟ ਦਾ ਨੋਟਿਸ ਮੇਰੇ ਹੱਥ ਵਿੱਚ ਹੈ। ਜਿਹੜੇ ਬੰਦੇ ਦੀਆਂ ਲੱਤਾਂ ਵਿੱਚ ਜ਼ੋਰ ਹੈ ਨਾ ਉਹ ਗੌਰਮੈਂਟ ਨਾਲ ਜਾ ਕੇ ਮੁਕਾਬਲਾ ਕਰ ਲਏ। ਕਿਸੇ ਬੰਦੇ ਨੇ ਆਖਿਆ ਗੌਰਮੈਂਟ ਦੇ ਕੋਲ ਇੱਕ ਇੱਕ ਮਿੰਟ ਦੀ ਰਿਪੋਰਟ ਹੈ ਹਰ ਪਿੰਡ ਦੀ, ਕਿਉਂਕਿ ਪਟਵਾਰੀ ਉਹਨਾਂ ਕੋਲੇ ਬੈਠੇ ਨੇ, ਕਾਨੂੰ ਉਹਨਾਂ ਕੋਲੇ ਬੈਠੇ ਨੇ, ਕੰਪਿਊਟਰ ਉਹਨਾਂ ਦੇ ਕੋਲੇ ਮੌਜੂਦ ਹੈ, ਉਹਨਾਂ ਮਾਫ਼ੀ ਨਹੀਂ ਦੇਣੀ। ਅਸੀਂ ਤੇ ਕਿਸੇ ਦੇ ਘੜੇ ਦਾ ਢੱਕਣ ਹੀ ਨਹੀਂ ਨਾ। ਲੋਕਾਂ ਵਜ਼ੀਰਾਂ ਦੀਆਂ ਮਸ਼ੀਰਾਂ ਦੀਆਂ ਵੱਡਿਆਂ ਵੱਡਿਆਂ ਬੰਦਿਆਂ ਦੇ ਪਲਾਜ਼ੇ ਢਾ ਦਿੱਤੇ ਨੇ ਉਹਨਾਂ ਤੇ ਉਹਨਾਂ ਪੇ ਕਹਿੰਦੇ ਨੇ ਸਾਡੀ ਗੱਲ ਉੱਤੇ ਦੋ ਦਿਨ ਦੀ ਤੁਹਾਨੂੰ ਵਾਰਨਿੰਗ ਹੈ, ਆਪਣਾ ਬੰਦੋਬਸਤ ਕਰ ਲਓ, ਨਿੱਕੇ ਸਜ਼ਾ ਵਾਸਤੇ ਤਿਆਰ ਹੋ ਜਾਓ ਤੇ ਕੈਦ ਵੀ ਹੋਵੇਗੀ, ਜੁਰਮਾਨਾ ਵੀ ਹੋਵੇਗਾ, ਨਜਾਇਜ਼ ਪਜਾਵਤ ਹੈ ਜਿਹੜੀ ਉਹ ਵੀ ਢਾ ਦਿੱਤੀ ਜਾਏਗੀ ਕਰੇਨਾ ਦਾ। ਅਮੀਰ ਦਾ ਤੁਸੀਂ ਐਲਾਨ ਸੁਣ ਲਿਆ ਹੋਵੇਗਾ, ਸਿਆਣੇ ਬੰਦੇ ਹੋ, ਵੱਡੇ ਵੱਡੇ ਆਪਣਾ ਬੰਦੋਬਸਤ ਕਰ ਲੈਣਾ, ਵੱਡੇ ਵੱਡੇ ਦਾ ਦਿਹਾੜਾ ਤੇ ਪਰਸੂ ਦਾ ਚੌਥ ਉਹਨਾਂ ਨੇ ਆ ਜਾਣਾ ਹੈ ਤੇ ਕਿਸੇ ਵਾਸਤੇ ਕੋਈ ਮਾਫ਼ੀ ਨਹੀਂ। ਇਹ ਜਿਹੜੇ ਬੰਦੇ ਰਾਹ ਕੇ ਰੇਤ ਸਟਾਉਂਦੇ ਹੋ, ਬਜਰੀ ਸਟਾਉਂਦੇ ਹੋ, ਉਹ ਵੀ ਆਪਣਾ ਬੰਦੋਬਸਤ ਕਰ ਦਿਓ, ਕੋਈ ਮਾਫ਼ੀ ਕਿਸੇ ਵਾਸਤੇ ਨਹੀਂ ਜੇ। ਇਹ ਤੁਸੀਂ ਦੇਖਦੇ ਹੋ ਕਿ ਇਹ ਸਾਡੀ ਤੇ ਜਵਾਨੀ ਜਵਾਨੀ ਦੇ ਮਕਾਨ ਨੇ ਨਾ ਤੇ ਲੋਕਾਂ ਦੇ ਖਰਬਾਂ ਰੁਪਈਆਂ ਦੇ ਪਲਾਜ਼ੇ, ਖਰਬਾਂ ਰੁਪਈਆਂ ਦੇ ਪੈਟਰੋਲ ਪੰਪ, ਵੱਡੇ ਵੱਡੇ ਸਟੋਰ, ਉਹਨਾਂ ਮਿੰਟ ਨਹੀਂ ਲਾਇਆ ਕਰੇਨ ਤੋਂ, ਉਹਨਾਂ ਬੜੀਆਂ ਦੂਰੋਂ ਮੰਗਾਈਆਂ ਨੇ ਜਪਾਨ ਤੋਂ, ਚਾਈਨਾ ਦੀਆਂ ਕਰੇਨਾਂ ਨੇ ਇੱਕ ਦੰਦ ਪਾ ਦੀਆਂ ਨੇ, ਚਾਰ ਕੋਠੀਆਂ ਟਾਂਦੀਆਂ ਨੇ। ਇਸ ਵਾਸਤੇ ਕਰਕੇ ਐਲਾਨ ਗੌਰ ਨਾਲ ਸੁਣ ਲਓ, ਜਿਹੜੀ ਬੀਬੀ ਸਵੇਰੇ ਰੂੜਾ ਜੀ ਦੇ ਪੂਰੇ ਅੱਗੇ ਪਿਆ ਆਇਆ ਜਾਂ ਕੋਈ ਛਾਪਰ ਹੋਇਆ ਉਹਦੇ ਪੂਰੇ ਅੱਗੇ ਪਿਆ ਜਾਂ ਥਾਪੀਆਂ ਲਾਂਦੀ ਫੜੀ ਗਈ ਉਹਦਾ ਨਾਂ ਦਰਜ ਹੋ ਜਾਣਾ, ਬੰਦੇ ਫਿਰਦੇ ਨੇ ਮੈਂ ਸਿਵਲ ਕੱਪੜਿਆਂ ਵਿੱਚ। ਇਸ ਵਾਸਤੇ ਮਿਹਰਬਾਨੀ ਕਰਕੇ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ, ਗੌਰਮੈਂਟ ਨਾਲ ਮੱਥਾ ਨਹੀਂ ਲਾਉਣ ਆਉਂਦਾ। ਜਿਹੜਾ ਕੰਮ ਚੰਗਾ ਹੋਵੇ ਨਾ ਉਹਨੂੰ ਚੰਗਿਆਂ ਆਖੋ, ਜ਼ਿੰਦਗੀ ਹੋਵੇ ਇਸ ਗੌਰਮੈਂਟ ਦੀ। ਇਹਨਾਂ ਨੇ ਬੜਾ ਅੱਛਾ, ਇਸੀ ਸਾਹਿਬ ਨੇ ਤੇ ਉਕਲੇ ਜਨਾਬ ਵਜ਼ੀਰ ਆਲਾ ਸਰਦਾਰ ਅਸਮਾਨ ਗੁਜ਼ਾਰ ਔਰ ਉਸਨੂੰ ਵੱਡੀ ਕਿਆਦਤ ਇਮਰਾਨ ਖਾਨ ਚੀਫ ਜਸਟਿਸ ਸਾਕਬ ਨਸਾਰ ਸਾਹਿਬ ਅਮਲ ਹੈ ਕਿ ਪਾਕਿਸਤਾਨ ਨੂੰ ਇਹਨਾਂ ਨੇ ਤਬਾਹ ਬਰਬਾਦ ਕਰ ਦਿੱਤਾ, ਲੋਕਾਂ ਨੇ ਜ਼ਮੀਨਾਂ ਉੱਤੇ ਕਬਜ਼ੇ ਕਰ ਲਏ, ਰਾਹ ਵਿੱਚ ਥੜੇ ਬਣਾ ਲੈਣ, ਛੇ ਡੰਗੇ ਕੱਢ ਲਏ ਨੇ ਤੇ ਉਹ ਵੀ ਕਹਿੰਦੇ ਨੇ ਮਾਫ਼ੀ ਹੁਣ ਕਿਸੇ ਵਾਸਤੇ ਨਹੀਂ। ਦੋ ਦਿਨ ਦਾ ਟਾਈਮ ਜੇ ਆ ਨੋਟਿਸ ਮੇਰੇ ਹੱਥ ਵਿੱਚ ਹੈ, ਜਿਸ ਬੰਦੇ ਨੂੰ ਕੋਈ ਸ਼ੱਕ ਹੋਵੇ ਕਾਰੀ ਸਾਹਿਬ ਕੋਲ ਨੋਟਿਸ ਪਏ ਨੇ, ਹਰ ਮਸਜਿਦ ਵਿੱਚ ਨੋਟਿਸ ਪਹੁੰਚ ਚੁੱਕੇ ਨੇ। ਆਪਣੀ ਇੱਜ਼ਤ ਆਪਣੇ ਹੱਥ ਦੋ ਮਿੰਟ ਦਿਨ ਦਾ ਟਾਈਮ ਜੇ ਆਪਣੇ ਆਪਣੇ ਥੜੇ ਆਪਣੇ ਆਪਣੀਆਂ ਜਿਹੜੀ ਤਜਾਵਜ਼ ਕੀਤੀ ਉਹਨੂੰ ਉਠਾ ਲਓ, ਵਰਨਾ ਕਰੇਨਾ ਪੈ ਜਾਣੀਆਂ।